ਹਾਂਜੀ ਦੋਸਤੋ, ਲੈ ਕੇ ਆਇਆ ਨਵੀਂ ਅਪਡੇਟ। ਬਹੁਤ ਹੀ ਗਾਹ ਪਿਆ ਹੋਇਆ ਪਿਛਲੇ ਦਿਨਾਂ ਦਾ, ਵੀ ਜੋ ਸਿੱਧੂ ਦੇ ਦੋਸਤ ਸੀ ਉਹਨਾਂ ਨੇ ਨਵੀਂ ਕੰਪਨੀ ਖੋਲ੍ਹ ਕੇ ਉਹਦੇ ਗਾਣੇ ਰਿਲੀਜ਼ ਕਰ ਦਿੱਤੇ, ਪਰ ਸਿੱਧੂ ਵੱਲੋਂ ਕੁਛ ਵੀ ਸ਼ੇਅਰ ਨਹੀਂ ਕੀਤਾ ਗਿਆ ਉਹ ਗਾਣਿਆਂ ਬਾਰੇ। ਅਤੇ ਸਿੱਧੂ ਦੀ ਟੀਮ ਵੱਲੋਂ ਵੀ ਇੱਕ ਪੋਸਟ ਪਾਏਗੀ ਵੀ ਇਹ ਸਾਰਾ ਕੁਛ ਝੂਠੀਆਂ ਅਫਵਾਹਾਂ ਨੇ, ਕੋਈ ਸਿੱਧੂ ਦਾ ਨਵਾਂ ਗਾਣਾ ਨਹੀਂ ਆ ਰਿਹਾ, ਕੁਛ ਲੋਕ ਉਹਨੂੰ ਬਲੈਕਮੇਲ ਕਰ ਰਹੇ ਨੇ, ਅਤੇ ਇਸ ਚੀਜ਼ ਖਿਲਾਫ ਲੀਗਲ ਐਕਸ਼ਨ ਛੇਤੀ ਹੀ ਸਿੱਧੂ ਦੀ ਟੀਮ ਵੱਲੋਂ ਲਿੱਤਾ ਜਾਊਗਾ, ਅਤੇ ਹੋਰ ਕਿਸੇ ਵੀ ਝੂਠੀ ਅਫਵਾਹ 'ਤੇ ਯਕੀਨ ਨਾ ਕਰਨ। ਅਤੇ ਹੁਣ ਉਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਜੋ ਉਸ ਗਾਣੇ ਵਿੱਚ ਲਾਈਨ ਸੀ ਜਿਸ ਵਿੱਚ ਨਰਿੰਦਰ ਬਾੜ ਅਤੇ ਹੈਪੀ ਰਾਈਡ ਕੋਟੀ ਨੂੰ ਜੋ ਕਿਹਾ, ਅਤੇ ਜਦੋਂ ਨਰਿੰਦਰ ਬਾੜ ਨੂੰ ਇਹ ਗੱਲ ਪਤਾ ਲੱਗੀ ਅਤੇ ਨਾਲ ਦੀ ਨਾਲ ਨਰਿੰਦਰ ਬਾੜ ਨੇ ਅੱਜ ਸਵੇਰੇ ਇੰਸਟਾਗ੍ਰਾਮ 'ਤੇ ਸਟੋਰੀ ਪਾਈ ਅਤੇ ਦੱਸਿਆ ਕਿ ਉਸ ਗਾਣੇ ਦੇ ਰਿਲੇਟਡ ਜੋ ਲਾਈਨਾਂ ਸਿੱਧੂ ਵੱਲੋਂ ਕਹੀਆਂ ਗਈਆਂ ਸੀ, ਬਾਈ ਕੋਈ ਵੀ ਸਿੱਧੂ ਨੂੰ ਮੇਰੇ ਕਰਕੇ ਬੁਰਾ ਭਲਾ ਨਾ ਕਿਹੋ, ਉਹ ਵਧੀਆ ਮੁੰਡਾ ਯਾਰ, ਮੈਂ ਨੈਕਸਟ ਇੰਟਰਵਿਊ 'ਚ ਸਭ ਕੁਛ ਕਲੀਅਰ ਕਰ ਦੂੰਗਾ, ਬਸ ਪੇਸ਼ੈਂਸ ਰੱਖੋ। ਬਾਕੀ ਜੋ ਵੀ ਇਹ ਸੀਨ ਚੱਲ ਰਿਹਾ ਸਾਡਾ ਤਾਂ ਇਹੀ ਕਹਿਣਾ ਵੀ ਸਾਰਾ ਕੁਛ ਕਲੀਅਰ ਹੋ ਜਾਵੇ, ਉਹਦੇ ਦੋਸਤਾਂ ਦਾ ਚੱਕਰ ਪਿਆ ਜੋ ਵੀ ਉਹਦੇ ਨਾਲ ਉਹ ਕਲੀਅਰ ਹੋ ਜਾਵੇ, ਨਹੀਂ ਤਾਂ ਬਹੁਤ ਹੀ ਵੱਡੇ ਲੈਵਲ ਦੀਆਂ ਚੀਜ਼ਾਂ ਸਿੱਧੂ ਵੱਲੋਂ ਜੋ ਆਉਣੀਆਂ ਨੇ ਪੰਜਾਬੀ ਇੰਡਸਟਰੀ ਨੂੰ ਜੋ ਅੱਗੇ ਲੈ ਕੇ ਜਾਣਾ, ਉਹ ਸਾਰਾ ਕੁਝ ਕੰਮ ਖਰਾਬ ਹੋ ਜਾਊਗਾ। ਇਹ ਗਾਣੇ ਬਹੁਤ ਪਹਿਲਾਂ ਦੇ ਵੀ ਹੋ ਸਕਦੇ ਨੇ, ਜਦ ਨਵਾਂ ਨਵਾਂ ਸਿੱਧੂ ਆਇਆ ਸੀ, ਜਦ ਦਾ ਉਮਰ ਅਤੇ ਸੁਭਾਅ ਦਾ ਵੀ ਸਿੱਧੂ ਤੋਂ ਪਹਿਲਾਂ ਦਾ ਬਹੁਤ ਫਰਕ ਸੀ, ਉਸ ਕਰਕੇ ਵੀ ਹੋ ਸਕਦਾ। ਇੱਕ ਵੀਡੀਓ ਵੀ ਆਈ ਸੀ ਜਿਸ ਵਿੱਚ ਨਰਿੰਦਰ ਬਾੜ ਨੂੰ ਬਹੁਤ ਵਧੀਆ ਢੰਗ ਨਾਲ ਸਿੱਧੂ ਮਿਲਿਆ ਸੀ। ਇਹ ਗਾਣੇ ਬਹੁਤ ਪਹਿਲਾਂ ਦੇ ਹੋ ਸਕਦੇ ਨੇ, ਕੀ ਪਤਾ ਉਹੀ ਚੀਜ਼ ਨਰਿੰਦਰ ਬਾੜ ਆਪਣੇ ਇੰਟਰਵਿਊ 'ਚ ਕਲੀਅਰ ਕਰ ਦੇਵੇ। ਪੰਜਾਬੀ ਇੰਡਸਟਰੀ ਦੀਆਂ ਅਪਡੇਟਸ ਲਈ ਚੈਨਲ ਸਬਸਕ੍ਰਾਈਬ ਬਟਨ ਦੱਬ ਕੇ ਨਾਲ ਬੈੱਲ ਆਈਕਾਊਂਟ 'ਤੇ ਕਲਿੱਕ ਕਰ ਦਿਓ, ਤੁਹਾਨੂੰ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ।